ਇੱਕ ਪੰਜਾਬੀ ਪਰਿਵਾਰ ਉੱਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ ਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ। ਸ਼ੱਕੀ ਹਾਲਾਤ ਦੇ ਵਿੱਚ ਕਾਰ ਵਿੱਚੋਂ ਅਮਨਦੀਪ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਕਾਰਨ ਖੰਨਾ ਦੇ ਵਿੱਚ ਉਸਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਪਰਿਵਾਰ ਵੱਲੋਂ ਅਮਨਦੀਪ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਇਸੇ ਦੌਰਾਨ ਆਈ ਮੰਦਭਾਗੀ ਖਬਰ ਨੇ ਇਹਨਾਂ ਦੇ ਸਾਰੇ ਸੁਪਨੇ ਜਿਹੜੇ ਸੀ ਉਹ ਚੱਕਨਾ ਚੂਰ ਕਰ ਦਿੱਤੇ ਨੇ ਵੱਡਾ ਦੁੱਖ ਕਿਹਾ ਜਾ ਸਕਦਾ ਇਸ ਪਰਿਵਾਰ ਉੱਤੇ ਪਿਆ ਹੈ ਖੰਨਾ ਦਾ ਵਾਸੀ 40 ਸਾਲਾ ਅਮਨਦੀਪ ਸਿੰਘ ਕੈਲੀਫੋਰਨੀਆ ਦੇ ਵਿੱਚ ਸਿਕਿਉਰਿਟੀ ਗਾਰਡ ਵਜੋਂ ਤਾਇਨਾਤ ਸੀ ਘਰ ਵਿੱਚ ਉਸ ਦੇ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਸੀ ਅਮਨਦੀਪ ਨੇ ਦੀਵਾਲੀ ਮੌਕੇ ਪੰਜਾਬ ਆਉਣਾ ਸੀ ਇਹ ਪਰਿਵਾਰ ਦਾ ਕਹਿਣਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੂੜੀਆਂ ਤਿਆਰੀਆਂ ਜਿਹੜੀਆਂ ਨੇ ਉਸ ਦੇ ਵਿਆਹ ਦੀਆਂ ਕੀਤੀਆਂ ਜਾ ਰਹੀਆਂ ਸੀ ਦੀਵਾਲੀ ਮੌਕੇ ਹੀ ਉਹਨਾਂ ਵੱਲੋਂ ਉਸ ਦੇ ਲਈ ਕੁੜੀ ਵੀ ਜਿਹੜੀ ਲੱਭੀ ਜਾ ਰਹੀ ਸੀ ਉਹ ਦਿਖਾਉਣੀ ਸੀ ਤੇ ਉਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਜਿਹੜੀਆਂ ਨੇ ਅਦਾ ਕੀਤੀਆਂ ਜਾਣੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਹਮੰਦ ਭਾਗੀ ਖਬਰ ਜਿਹੜੀ ਆਈ ਹੈ ਇਸ ਪਰਿਵਾਰ ਉੱਤੇ ਇੱਕ ਵੱਡਾ ਦੁੱਖ ਜੜਾ ਹੈ ਗੇਰ ਦਿੱਤਾ ਇਸ ਖਬਰ ਨੇ ਤੇ ਪੀੜਤ ਪਰਿਵਾਰ ਵੱਲੋਂ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਜਾ ਰਹੀ ਹੈ ਕਿ ਮ੍ਰਿਤਕ ਦੇ ਭਾਰਤ ਲਿਆਉਣ ਦੇ ਵਿੱਚ ਜਿਹੜੀ ਹੈ ਮਦਦ ਉਹਨਾਂ ਦੀ ਕੀਤੀ ਜਾਵੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਖੰਨਾ ਦੇ 40 ਸਾਲ ਦੇ ਨੌਜਵਾਨ ਦੀ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋਈ ਹੈ ਮੌਤ ਦੀ ਖਬਰ ਖੰਨਾ ਵਿੱਚ ਪਰਿਵਾਰ ਨੂੰ ਮਿਲਣ ਉੱਤੇ ਮਾਤਮ ਛਾ ਗਿਆ ਮ੍ਰਿਤਕ ਅਮਨਦੀਪ ਸਿੰਘ ਦੀ ਮਾਂ ਜਸਪਾਲ ਕੌਰ ਅਤੇ ਭਰਾ ਰਾਜਿੰਦਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਅਮਨਦੀਪ 7 ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਉਹ Amazon ਦੇ ਸ਼ੋਅਰੂਮ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਉਸਦੇ ਭਰਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਹਨਾਂ ਦਾ ਫੋਨ ਆਇਆ ਸੀ ਪਰ ਜ਼ਿਆਦਾ ਦੇਰ ਹੋਣ ਦੇ ਕਾਰਨ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਾ ਸਵੇਰੇ ਵਾਰ-ਵਾਰ ਫੋਨ ਕਰਦੇ ਰਹੇ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ ਕੁਝ ਸਮੇਂ ਬਾਅਦ ਪੁਲਿਸ ਅਧਿਕਾਰੀ ਦਾ ਅਮਰੀਕਾ ਤੋਂ ਫੋਨ ਆਇਆ ਜਿਸ ਨੇ ਦੱਸਿਆ ਕਿ ਉਸਦੇ ਭਰਾ ਦੀ ਅਮਨਦੀਪ ਦੀ ਕਾਰ ਵਿੱਚੋਂ ਜਿਹੜੀ ਆ ਲਾਸ਼ ਬ੍ਰਾਹਮਤ ਹੋਈ ਹੈ ਇਹ ਖਬਰ ਸੁਣਦਿਆਂ ਹੀ ਸਾਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਨੇ ਦੀਵਾਲੀ ਨੂੰ ਆਉਣਾ ਸੀ ਤਦ ਉਸਦੇ ਲਈ ਲੜਕੀ ਨੂੰ ਵੀ ਦੇਖਣ ਜਾਣਾ ਸੀ ਉਸਦੇ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਘਰ ਵਿੱਚ ਤਾਂ ਬੇਟੇ ਦੇ ਜਿਹੜੇ ਉਸਦੇ ਵਿਆਹ ਦੀ ਤਿਆਰੀ ਹੋ ਰਹੀ ਸੀ ਪਰ ਉਸ ਦੀ ਮੌਤ ਦੀ ਖਬਰ ਨੇ ਸਾਰੀਆਂ ਜਿਹੜੀਆਂ ਖੁਸ਼ੀਆਂ ਮਾਤਮ ਦੇ ਵਿੱਚ ਇਸ ਪਰਿਵਾਰ ਦੀਆਂ ਬਦਲ ਦਿੱਤੀਆਂ ਨੇ ਉਸਦੀ ਮਾਂ ਜਸਪਾਲ ਕੌਰ ਨੇ ਦੱਸਿਆ ਕਿ ਉਸਦੇ ਤਿੰਨ ਬੇਟੇ ਨੇ ਅਮਨਦੀਪ ਸਿੰਘ ਸਭ ਤੋਂ ਛੋਟਾ ਬੇਟਾ ਸੀ ਉਸਨੇ ਕਿਹਾ ਕਿ ਉਹ ਉਸਨੂੰ ਅਮਰੀਕਾ ਵਿੱਚ ਜਲਦ ਲੈ ਕੇ ਜਾਵੇਗਾ ਇਹ ਕਹਿੰਦਾ ਸੀ ਅਮਨਦੀਪ ਆਪਣੀ ਮਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਉਸਨੂੰ ਅਮਰੀਕਾ ਦਿਖਾਉਣਾ ਚਾਹੁੰਦਾ ਸੀ ਪਰ ਉਸਦੇ ਇਹ ਸੁਪਨੇ ਜਿਹੜੇ ਨੇ ਅਧ ਵਿਚਾਲੇ ਹੀ ਰਹਿ ਗਏ ਉਸਦੇ ਭਰਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਡੈਡ ਬੋਡੀ ਭਾਰਤ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਮਰੀਕਾ ਵਿੱਚ ਰਹਿੰਦੇ ਉਸਦੇ ਦੋਸਤ ਮਦਦ ਉਸਦੇ ਵਿੱਚ ਕਰ ਰਹੇ ਨੇ ਇਸ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਨਦੀਪ ਸਿੰਘ ਦੀ ਡੈੱਡ ਬੋਡੀ ਭਾਰਤ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਇਸ ਤਰ੍ਹਾਂ ਇਸ ਖਬਰ ਨੇ ਇਸ ਪਰਿਵਾਰ ਨੂੰ ਜੜਾ ਝੰਜੋੜ ਕੇ ਰੱਖ ਦਿੱਤਾ ਇੱਕ ਇਹੋ ਜਿਹਾ ਜਵਾਨ ਪੁੱਤ ਜਿਸ ਦੇ ਵਿਆਹ ਦੀਆਂ ਤਿਆਰੀਆਂ ਕਰਦੇ ਵਿੱਚ ਚੱਲ ਰਹੀਆਂ ਸੀ ਖੁਸ਼ੀਆਂ ਜਿਹੜੀਆਂ ਮਨਾਈਆਂ ਜਾਣੀਆਂ ਸੀ ਪਰ ਇਹ ਸਾਰੀਆਂ ਖੁਸ਼ੀਆਂ ਧਰੀਆਂ ਤਰਾਈਆਂ ਰਹਿ ਗਈਆਂ ਕਿਉਂਕਿ ਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਜਾਨ ਚਲੀ ਗਈ ਆ ਉਹ ਵੀ ਸ਼ੱਕੀ ਹਾਲਾਤ ਦੇ ਵਿੱਚ ਉਸ ਦੀ ਕਾਰ ਦੇ ਵਿੱਚੋਂ লাশ ਬਰਾਮਦ ਹੁੰਦੀ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਖੈਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ ਕਾਰਨਾਂ ਕਰਕੇ ਉਸ ਦੀ ਜਿਹੜੀ ਹੈ ਮੌਤ ਹੋਈ ਹੈ ਸੋ ਇਸ ਤਰ੍ਹਾਂ ਜਸਪਾਲ ਕੌਰ ਮ੍ਰਿਤਕ ਅਮਨਦੀਪ ਸਿੰਘ ਦੀ ਮਾਂ ਜਸਪਾਲ ਕੌਰ ਅਤੇ ਭਰਾ ਰਾਜਿੰਦਰ ਸਿੰਘ ਦੀ ਜ਼ੁਬਾਨੀ ਸੁਣਦੇ ਆ ਕਿ ਇਹ ਘਟਨਾ ਕਿਵੇਂ ਵਾਪਰੀ ਹੈ ਤੇ ਕਿਵੇਂ ਜਿਹੜੀ ਹਾਦਸੇ ਦੀ ਜਿਹੜੀ ਮੌਤ ਦੀ ਖਬਰ ਪੰਜਾਬ ਪੁੱਜੀ ਸੀ ਤਾਂ ਉਹਨਾਂ ਦੇ ਉੱਤੇ ਕੀ ਬੀਤੀ ਉਹਨਾਂ ਦੀ ਜ਼ੁਬਾਨੀ ਹੀ ਸੁਣਦੇ ਆ ਬਟੇ ਨੂੰ ਕੁਝ ਨਹੀਂ ਹੋਇਆ ਕਰੋ ਚੰਗੀ ਠੀਕ ਠਾਕ ਗਿਆ ਬਸ ਉੱਤੇ ਮਤਲਬ ਕਿ ਰੋਟੀ ਪਾਣੀ ਖਾ ਕੇ ਗਿਆ ਕਾਫੀ ਪੀ ਕੇ ਗਿਆ ਗੱਡੀ ਦੇ ਵਿੱਚ ਜਾ ਕੇ ਉੰਟੀ ਕਰੀਆ ਬਸ ਫਿਰ ਸੀਟ ਤੇ ਬੈਠਾ ਹੀ ਬਥਰਾ ਹੈ ਗਿਆ ਜੱਸ ਦੇਖਾ ਕਿੰਨਾ ਟਾਈਮ ਹੋ ਗਿਆ 7 ਸਾਲ ਹੋ ਗਏ ਜੀ ਗਏ ਡੇਟ ਆਪਦਾ ਤਾਂ ਮੈਨੂੰ ਪਤਾ ਨਹੀਂ ਵੈਸੇ 7 ਸਾਲ ਹੋ ਗਏ ਜੀ ਗਏ ਸਕਿਉਰਟੀ ਗਾਰਡ ਸੀਗਾ ਹਾਂਜੀ ਬਸ ਫੈਕਟਰੀ ਦੇ ਵਾਲੇ ਵਾਲੇ ਐਮਾਜੋਨ ਦਾ ਕਦਮ ਸੀ ਜੋ ਸਕਿਉਰਟੀ ਹਾਂ ਟੂਰੇ ਕੱਢਣਾ ਸੀਗਾ ਹਾਂਜੀ ਨਹੀਂ ਜੀ ਕੁਮਾਰਾ ਸੀਗਾ ਪਿੰਲੇ ਫੇਰ ਪਰਿਵਾਰ ਚ ਕੱਢੇ ਮੇਰੇ ਮੇਰੇ ਬੇਟੇ ਤਿੰਨੇ ਨੇ ਉਹ ਸਾਰੇ ਨੇ ਛੋਟਾ ਸੀਗਾ ਹਾਂਜੀ ਕਿੰਨੀ ਉਮਰ ਸੀ ਉਹ ਉਹ 82 ਸਾਲ ਦਾ ਜਨਮ ਸੀਗਾ ਉਹਦਾ ਹਾਂਜੀ ਦਿਵਾਲੀ ਨੂੰ ਆਉਣਾ ਸੀਗਾ ਉਹਨੇ ਸਾਡੀ ਸਾਰੀ ਤਿਆਰੀ ਸੀਗੀ ਹੁਣ ਹਾਂਜੀ ਹਾਂਜੀ ਸਭ ਸਜਰੀ ਵਾਟੇ ਸੀਗੇ ਉਹ ਕਹਿੰਦਾ ਕਿ ਮੈਂ ਦਿਵਾਲੀ ਨੂੰ ਆਉਣਾ ਮੇਰੇ ਵੀ ਕਾਗਜ਼ ਪੱਤਰ ਲਵਾ ਰਿਹਾ ਸੀਗਾ ਪਹਿਲਾਂ ਤਿਆਰ ਕਰ ਰਿਹਾ ਸੀਗਾ ਉਧਰ ਪੁੱਛਦਾ ਜੀ ਨਾਲ ਦੋਸਤਾਂ ਨੂੰ ਇਹਨਾਂ ਤੇ ਵੀ ਮੈਂ ਆਪਣੀ ਮੰਮਾ ਨੂੰ ਇੱਧਰ ਬੁਲਾਉਣਾ ਵਿੱਚ 6 ਮਹੀਨੇ ਮੈਂ ਇੱਧਰ ਰहूं ਰੱਖਣੀ ਆ ਤੇ 6 ਮਹੀਨੇ ਮੈਂ ਇੱਧਰ ਰੱਖਣੀ ਆ ਵੀ ਮੈਂ ਉਹ ਉਸ ਤਰ੍ਹਾਂ ਬੁਲਾਉਣਾ ਹਾ ਜੀ ਸਾਹਿਬ ਜੀ ਮੈਨੂੰ ਤਾਂ ਰਾਤ ਨੂੰ ਨਾ 1 ਵਜੇ ਫੋਨ ਆਇਆ ਸੀ ਚਲੋ ਮੈਂ ਵੀ ਨਹੀਂ ਚੱਕਿਆ ਮੈਂ ਸੁੱਤਾ ਪਿਆ ਸੀ ਵੀ ਜੀ ਜਿਵੇਂ ਸਵੇਰੇ ਮੈਂ ਦੇਖਿਆ ਖੋਲ ਕੇ ਵੀ ਆਣਾ WhatsApp ਚ ਕੀਤਾ ਵੀ ਕਾਲ ਆਈ ਹੋਈ ਆ ਬ੍ਰਦਰ ਦੀ ਉਹ ਫੇ ਮੈਂ ਦੇਖਿਆ ਮੈਂ ਇਸ ਟਾਈਮ ਰਾਤ ਨੂੰ ਫੋਨ ਕਾਦੇ ਵਾਸਤੇ ਉਹਨੇ ਕਰਨਾ ਤੇ ਸਵੇਰੇ ਮਨੂੰ ਮੈਂ 8 ਵਜੇ ਉਹਨੂੰ ਫੋਨ ਲਾਉਣਾ ਸ਼ੁਰੂ ਕਰਤਾ ਇੱਕ ਲਾਇ ਦੋ ਲਾਇ ਉਹਨੇ ਪੰਜ-ਛੇ ਫੋਨ ਚੱਕੇ ਨਾ ਜੀ ਫਿਰ ਮੇਰਾ ਮਾਨ ਕੜਿਆਨਾਮਾ ਫੇਰ ਕਰੀ ਗਿਆ ਉਹਨੂੰ ਉਸ ਤੋਂ ਬਾਅਦ ਇੱਕ ਪੁਲਿਸ ਵਾਲੇ ਨੇ ਉੱਥੇ ਇੰਗਲਿਸ਼ ਚ ਬੋਲਣ ਲੱਗ ਗਿਆ ਵੀ ਮੈਂ ਉਹ ਤਾਂ ਜਦੇ ਮਨ ਮੇਰਾ ਥੜ ਗਿਆ ਵੀ ਇਹ ਬੰਦਾ ਕੌਣ ਬੋਲ ਰਿਹਾ ਤੇ ਮੈਂ ਸੋਚਿਆ ਮੈਂ ਜਿਆਦਾ ਕੋਈ ਗੱਡੀ-ਗੁੱਡੀ ਦਾ ਐਕਸੀਡੈਂਟ ਹੋ ਗਿਆ ਵੀ ਜਿਹੜੇ ਪੁਲਿਸ ਵਾਲੇ ਬੋਲ ਰਹੇ ਨੇ ਵੀ ਉਹ ਗੱਲ ਨਹੀਂ ਕਰਵਾ ਸਕਦੇ ਸਾਡੀ ਤੇ ਫਿਰ ਮੈਂ ਇੱਕ ਨਾ ਮੁੰਡਾ ਸਾਹਮਣੇ ਸਾਡੇ ਉਹਨੂੰ ਮੈਂ ਫਟਾਫਟ ਗਿਆ ਉਹਦੇ ਕੋਲ ਮੈਂ ਯਾਰ ਵਿੱਕੀ ਦੇਖੀ ਵੀ ਗੱਲਬਾਤ ਕੀ ਹੋ ਗਈ ਵੀ ਬੰਦੇ ਨੂੰ ਸਮਝ ਨਹੀਂ ਆ ਰਹੀ ਫਿਰ ਉਹਨੇ ਅਫਸਰ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਵੀ ਪੰਜਾਬੀ ਚ ਸਾਨੂੰ ਟਰਾਂਸਫਰ ਕਰਕੇ ਦੱਸੋ ਫਿਰ ਉਹਨਾਂ ਨੇ ਇੱਕ ਅਫਸ ਤੇ ਉਹ ਕਹਿੰਦਾ ਜੀ ਤੁਹਾਡੇ ਸਿੰਘ ਦੀ ਵੀ ਗੱਡੀ ਦੇ ਵਿੱਚ ਡੈਥ ਪਾਈ ਗਈ ਵੀ ਬਸ ਉਸ ਟਾਈਮ ਤਾਂ ਸਾਡੇ ਕੋਲ ਪੈਰਾ ਫੋਲ